ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰ ਸਿੰਘ, ਸਵਾਗਤ ਕਰਦਾ ਆਪ ਸਭ ਜੀ ਤੁਹਾਡੇ ਆਪਣੇ PBK ਚੈਨਲ ਉੱਤੇ। ਸੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕੋ ਹੀ ਗੱਲ ਦੱਸਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਪਣੇ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ, ਕਿਉਂਕਿ ਇਸ ਵੀਡੀਓ ਵਿੱਚ ਜਿਹੜੀ ਗੱਲ ਦੱਸੀ ਗਈ ਆ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜਿਹੜੀ ਵੀਡੀਓ ਦੀ ਰਿਕੁਐਸਟ ਤੁਸੀਂ ਕੀਤੀ ਆ। ਸਵੇਰ ਦੇ ਮੈਨੂੰ ਬਹੁਤ ਸਾਰੇ ਮੈਸੇਜ ਆਏ ਆ, ਮੇਰੇ ਕੋਲ ਪੁੱਛਿਆ ਜਾ ਰਿਹਾ ਬਾਰ ਬਾਰ ਕਿ ਕੀ ਇਹ ਨਿਊਜ਼ ਸੱਚੀ ਆ ਕਿ ਪੀਲੇ ਰੰਗ ਦੇ ਕੋਈ ਬੂਸਤੇ ਆ ਜਿਹੜੇ ਉਹ ਫਟਦੇ ਪਏ ਨੇ। ਸੋ ਦੱਸਣਾ ਚਾਹਾਂਗਾ ਕਿ ਹਾਂਜੀ ਇਸ ਨਿਊਜ਼ ਵਿੱਚ ਕੁਝ ਹੱਦ ਤੱਕ ਸੱਚਾਈ ਆ, ਪਰ ਸਾਰੀ ਸੱਚੀ ਨਹੀਂ ਹੈਗੀ। ਮੈਂ ਕਿਸੇ 'ਤੇ ਵੀ ਜ਼ਾਤੀ ਤੌਰ 'ਤੇ ਹਮਲਾ ਨਹੀਂ ਕਰਦਾ ਪਿਆ, ਪਰ ਮੇਰੀ ਦੁਸ਼ਮਣੀ ਸਿਰਫ ਔਰ ਸਿਰਫ ਵਟਸਐਪ ਵਾਇਰਲਸ ਨਾਲ ਹੀ, ਜਿਹੜੀ ਵਟਸਐਪ ਦੀ ਯੂਨੀਵਰਸਿਟੀ ਦੇ ਫੇਸਬੁੱਕ ਯੂਨੀਵਰਸਿਟੀ ਦੇ ਜਿਹੜੇ ਆਪਾਂ ਨੂੰ ਮੈਸੇਜ ਦਿੱਤੇ ਜਾਂਦੇ, ਮੈਂ ਅੱਖਾਂ ਮੀਟ ਕੇ ਕਦੀ ਵੀ ਯਕੀਨ ਨਹੀਂ ਕਰਦਾ। ਸੋ ਇੱਦਾਂ ਹੀ ਮੈਂ ਜਦੋਂ ਸਵੇਰੇ ਮੇਰੇ ਕੋਲ ਤੁਹਾਡੇ ਵੱਲੋਂ ਰਿਕੁਐਸਟ ਕੀਤੀ ਗਈ ਕਿ ਚੈੱਕ ਕਰੋ ਕਿ ਇਹ ਸੱਚੀ ਹੈ ਕਿ ਨਹੀਂ, ਸੋ ਫਿਰ ਮੈਂ ਆਪਣੀ ਟੀਮ ਨੂੰ ਦੇ ਪਿੱਛੇ ਲਗਾਇਆ। ਮੇਰੀ ਟੀਮ ਨੇ ਜਿਹੜੀ ਸੀ ਨਿਊਜ਼ ਇਕੱਠੀਆਂ ਕਰਨੀ ਸ਼ੁਰੂ ਕੀਤੀਆਂ, ਨਿਊਜ਼ ਵਿੱਚ ਚੈੱਕ ਕੀਤਾ। ਸੋ ਜੇਕਰ ਤੁਸੀਂ ਵੀ ਸਰਚ ਕਰੋਗੇ ਗੂਗਲਸ ਉੱਤੇ, ਗੂਗਲ ਬਾਬੇ ਨੂੰ ਕਹੋਗੇ ਵੀ ਮੈਨੂੰ ਇੱਦਾਂ ਦਾ ਦੱਸ ਦੇ, ਤਾਂ ਉਹਨੇ ਤੁਹਾਨੂੰ ਦੱਸ ਦੇਣਾ ਕੀ ਦੱਸਣਾ ਕਿ ਹਾਂਜੀ ਇਹ ਨਿਊਜ਼ ਕੁਝ ਹੱਦ ਤੱਕ ਸੱਚੀ ਆ, ਸਾਰੀ ਨਹੀਂ। ਇਹਦੇ ਨਾਲ ਜ਼ਖਮੀ ਜ਼ਰੂਰ ਹੋਏ ਆ ਬੰਦੇ, ਪਰ ਮਰਿਆ ਕੋਈ ਨਹੀਂ ਹੈਗਾ। ਤਿੰਨ ਜਨਾਨੀਆਂ ਨੇ, ਸ਼ਾਇਦ ਤਿੰਨ ਬਜ਼ੁਰਗ ਔਰਤ ਨੇ ਜਿਹੜੀਆਂ ਜ਼ਖਮੀ ਹੋਈਆਂ ਨੇ। ਜਿਹੜਾ ਪਹਿਲਾ ਕੇਸ ਹੋਇਆ ਸੀ, ਸਭ ਤੋਂ ਪਹਿਲਾ ਕੇਸ ਇੱਦਾਂ ਦਾ ਆਇਆ ਸੀ, ਉਹ ਹੋਇਆ ਸੀ ਫਿਊਮੀਚੀਨੋ ਵਿੱਚ, ਦੂਸਰਾ ਹੋਇਆ ਸੀ ਨੋਵੋ ਸਾਲਾਰੀਓ ਵਿੱਚ, ਤੀਸਰਾ ਹੋਇਆ ਸੀ ਬਾਲਦੂਈਨਾ ਵਿੱਚ। ਸੋ ਇਹ ਤਿੰਨ ਕੇਸ ਰਜਿਸਟਰ ਹੋਏ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਪੈਕਟ ਖੋਲਿਆ ਸੀ, ਅਤੇ ਪੈਕਟ ਖੁੱਲਦੇ ਹੀ ਜਿਹੜਾ ਉਹਦੇ ਵਿੱਚ ਕੈਮੀਕਲ ਲੱਗਾ ਸੀ, ਉਸ ਪੈਕਟ ਦੇ ਵਿੱਚ ਪੀਲੇ ਰੰਗ ਦੇ ਪੈਕਟ ਦੇ ਵਿੱਚ ਜਿਹੜਾ ਕੈਮੀਕਲ ਲੱਗਾ ਸੀ, ਉਹਦੇ ਨਾਲ ਉੱਥੇ ਧਮਾਕਾ ਹੋ ਗਿਆ, ਜਿਸ ਕਰਕੇ ਤਿੰਨੋਂ ਜ਼ਖਮੀ ਹੋ ਗਏ। ਚੌਥਾ ਕੇਸ ਵੀ ਆਇਆ ਸੀ, ਚਾਰ ਕੇਸ ਆਏ ਨੇ ਟੋਟਲ ਇਸ ਬੂਸਤੇ ਵਾਲੇ। ਚੌਥੇ ਕੇਸ ਵਿੱਚ ਕੀ ਹੋਇਆ, ਉਹਨਾਂ ਨੇ ਜਦੋਂ ਉਹਨਾਂ ਕੋਲ ਪੀਲੇ ਰੰਗ ਦਾ ਬੂਸਤਾ ਆਇਆ, ਉਹਨਾਂ ਨੂੰ ਨਿਊਜ਼ ਵਿੱਚ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਵੀ ਇੱਦਾਂ ਦੇ ਕੁਝ ਕੇਸ ਹੋ ਰਹੇ ਨੇ। ਸੋ ਉਹਨੇ ਉਸ ਪੈਕਟ ਨੂੰ ਖੋਲਿਆ ਨਹੀਂ, ਸਿੱਧਾ ਕਾਰਾਬਨੇਰੀ ਕੋਲ ਗਿਆ, ਕਾਰਾਬਨੇਰੀ ਨੇ ਉਸ ਪੈਕਟ ਨੂੰ ਚੈੱਕ ਕੀਤਾ, ਅਤੇ ਉਹੀ ਬੂਸਤਾ ਨਿਕਲਿਆ ਜਿਹੜਾ ਫਟਣ ਵਾਲਾ ਸੀ। ਸੋ ਜੇਕਰ ਤੁਹਾਡੇ ਕੋਲ ਵੀ ਇੱਦਾਂ ਦਾ ਬੂਸਤਾ ਆਉਂਦਾ, ਸਪੈਸ਼ਲੀ ਇਹ ਗੱਲ ਮੈਂ ਰੋਮਾ ਸਾਈਡ ਵਾਲੇ ਭੈਣ ਭਰਾਵਾਂ ਨੂੰ ਕਹਾਂਗਾ ਵੀ ਜੇਕਰ ਤੁਹਾਡੇ ਕੋਲ ਵੀ ਇੱਦਾਂ ਦਾ ਕੋਈ ਬੂਸਤਾ ਆਉਂਦਾ, ਤਾਂ ਉਹਨੂੰ ਇੱਕ ਵਾਰ ਖੋਲ ਲਿਓ, ਨਾ ਇੱਕ ਵਾਰ ਬਿਲਕੁਲ ਨਾ ਖੋਲਿਓ, ਉਹਨੂੰ ਕਾਰਾਬਨੇਰੀ ਕੋਲ ਲੈ ਕੇ ਜਾਇਓ, ਉਹਨਾਂ ਨੇ ਆਪੇ ਚੈੱਕ ਕਰਨਾ ਵੀ ਕੀ ਸਾਬਤ ਆਵੇ। ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ, ਜੇਕਰ ਉਹ ਬੂਸਤਾ ਤੁਹਾਡੀ ਸਮਝ ਤੋਂ ਬਾਹਰ ਹੈ ਤਾਂ ਹੀ। ਜੇਕਰ ਤੁਸੀਂ ਕੁਛ ਐਮਾਜ਼ੋਨ ਵਗੈਰਾ ਤੋਂ ਕੁਛ ਔਨਲਾਈਨ ਸ਼ੋਪਿੰਗ ਕੀਤੀ ਹੈ, ਫਿਰ ਤਾਂ ਡਰਨ ਵਾਲੀ ਗੱਲ ਹੀ ਨਹੀਂ, ਕਿਉਂਕਿ ਤੁਹਾਨੂੰ ਪਤਾ ਵੀ ਹਾਂਜੀ ਤੁਹਾਡਾ ਅੱਜ ਪੈਕਟ ਤੁਹਾਡੇ ਕੋਲ ਆਉਣਾ। ਸੋ ਤੁਸੀਂ ਉਹਨੂੰ ਈਜ਼ੀਲੀ ਖੋਲ ਸਕਦੇ ਹੋ, ਨੋਰਮਲ ਪੈਕਟ ਨੂੰ ਉੱਥੇ ਨਾਲ ਲੈ ਕੇ ਜਾਂਦੇ ਫਿਰਿਓ। ਸਿਰਫ ਜੇਕਰ ਪੀਲੇ ਰੰਗ ਦਾ ਕੋਈ ਪੈਕਟ ਆਉਂਦਾ, ਤੁਹਾਡੀ ਸੋਚ ਤੋਂ ਬਾਹਰ ਹੈ, ਤੁਹਾਨੂੰ ਨਹੀਂ ਪਤਾ ਉਸ ਪੈਕਟ ਬਾਰੇ ਵੀ ਉਹ ਕਿੱਥੋਂ ਆਇਆ, ਕਿੱਦਾਂ ਦਾ ਹੈ, ਸੋ ਫਿਰ ਤੁਸੀਂ ਉਹਨੂੰ ਲੈ ਕੇ ਜਾਣਾ ਆਪਣਾ ਕਾਰਾਬਨੇਰੀ ਵਿੱਚ, ਆਪਣੇ ਨੋਰਮਲ ਪੈਕਿੰਗ ਨੂੰ ਨਹੀਂ ਲੈ ਕੇ ਜਾਣਾ ਜਿਹੜੇ ਆ ਤੁਸੀਂ, ਤੁਹਾਨੂੰ ਪਤਾ ਵੀ ਹਾਂ ਤੁਹਾਡੇ ਕੋਲ ਆਉਣੇ ਸੀ। ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਖਬਰ ਨੂੰ, ਤਾਂ ਜੋ ਆਪਣੇ ਜਿਹੜੇ ਭੈਣ ਭਰਾ ਰੋਮਾ ਸਾਈਡ ਵੀ ਰਹਿਣ ਦੇ ਨੇ, ਜਾਂ ਆਪਣੇ ਇਸ ਪਾਸੇ ਜੇਕਰ ਖੁਦਾ ਨਾ ਖਾਸਤਾ ਜੇ ਇੱਧਰ ਵੀ ਹੋਣ ਲੱਗ ਗਿਆ ਕੇਸ, ਤਾਂ ਫਿਰ ਇੱਧਰੋਂ ਵੀ ਬਚਿਆ ਜਾ ਸਕੇ। ਪਹਿਲਾਂ ਹੀ ਆਪਾਂ ਧਿਆਨ ਰੱਖੀਏ, ਅਤੇ ਪਹਿਲਾਂ ਹੀ ਥੋੜ੍ਹੇ ਜਿਹੇ ਆਪਣੇ ਆਪ ਨੂੰ ਸਾਵਧਾਨ ਰੱਖੀਏ ਇਸ ਗੱਲਾਂ ਤੋਂ। ਸੋ ਹੁਣ ਗੱਲ ਕਰਦੇ ਹਾਂ ਕਿ ਕਾਰਾਬਨੇਰੀ ਕੀ ਕਰ ਰਹੀ ਹੈ ਇਹਦੇ ਪਿੱਛੇ। ਸੋ ਕਾਰਾਬਨੇਰੀ ਅੱਜ ਤੱਕ ਜਿਹੜੀ ਕਹੀ ਹੈ ਵੀ ਇਹਨਾਂ ਨੇ ਕੇਸ ਜਿਹੜੇ ਨੇ ਓਪਨ ਕਰ ਦਿੱਤਾ, ਆਪਣੀ ਫਾਈਲ ਓਪਨ ਕਰ ਦਿੱਤੀ ਹੈ, ਉਹ ਚੈੱਕ ਕਰਦੇ ਪਏ ਨੇ ਵੀ ਇਹ ਫਾਈਲ, ਇਹ ਜਿਹੜਾ ਫਾਈਲ ਕਹਿੰਦਾ ਪਿਆ ਬੂਸਤਾ ਕਿੱਥੋਂ ਆਇਆ, ਕਿੱਦਾਂ ਦਾ ਸੀ, ਕਿਸੇ ਨੇ ਕੋਈ ਦੁਸ਼ਮਣੀ ਪੂਰੀ ਕਰਨ ਬਦਲੇ ਤਿੰਨ ਇੱਦਾਂ ਕੀਤਾ, ਸਾਰੀ ਗੱਲਾਂ ਨੂੰ ਚੈੱਕ ਕੀਤਾ ਜਾ ਰਿਹਾ। ਸੋ ਉਮੀਦ ਕਰਦੇ ਹਾਂ ਛੇਤੀ ਛੇਤੀ ਇਹ ਕੇਸ ਵੀ ਸੋਲਵ ਹੋ ਜਾਏਗਾ। ਸੋ ਡਰਾਉਣਾ ਕਿਸੇ ਨੂੰ ਨਹੀਂ ਚਾਹੁੰਦਾ ਮੈਂ, ਬਸ ਇੰਨਾ ਹੀ ਕਹਾਂਗਾ ਕਿ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਓ ਐਸੇ ਕਿਸੇ ਵੀ ਹਾਦਸੇ ਤੋਂ। ਸੋ ਚੰਗਾ ਜੀ, ਐਸੀ ਸਾਡੀ ਵੀਡੀਓ ਦਾ ਅੰਤ, ਅਤੇ ਜਾਣ ਤੋਂ ਪਹਿਲਾਂ ਮੇਰੇ ਇੱਕੋ ਹੀ ਗੱਲ ਹੋਏਗੀ ਤੁਹਾਡੇ ਸਾਹਮਣੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਜੇਕਰ ਕੋਈ ਭੈਣ ਭਰਾ ਦੇ ਨਾਲ ਇੱਦਾਂ ਦਾ ਵਾਕਿਆ ਹੁੰਦਾ ਤਾਂ ਉਹ ਪਹਿਲਾਂ ਹੀ ਇਹਦੇ ਲਈ ਤਿਆਰ ਹੋ ਸਕੇ, ਉਹ ਚੌਥੇ ਆਦਮੀ ਵਾਂਗੂ। ਸੋ ਵੱਧ ਤੋਂ ਵੱਧ ਸ਼ੇਅਰ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਅਤੇ ਚੈਨਲ ਨੂੰ ਸਪੋਰਟ ਕਰਦੇ ਹੋਏ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦੱਬ ਦਿਓ। ਮਿਲਾਂਗੇ ਇੱਦਾਂ ਦੀ ਕਿਸੇ ਹੋਰ ਅਪਡੇਟ ਵਿੱਚ, ਤਦ ਤੱਕ ਲਈ ਰੱਬ ਰਾਖਾ।